श्रीकाल जी। मेरा नाम डॉक्टर दमनबीर सिंह चहल है। मैं किडनी हस्पताल जलंधर विच बतौर यूरोलॉजिस्ट अते रीनल ट्रांसप्लांट सर्जन दे अहुदे ते काम कर रहा। अज मैं तुहाडे नाल किडनी ट्रांसप्लांट बारे कुछ गल्लां शेयर करनी चाहुंदा। किडनी ट्रांसप्लांट यानी कि गुरदा नवा पाउण दा ऑपरेशन एक की चीज़ है। जदों मरीज़ दे दोनों गुरदे फेल हो जाते हैं, अपनी क्षमता तो 15% तो भी घट काम कर रहे हैं, ਤਾਂ ਅਸੀਂ ਉਹਨਾਂ ਨੂੰ ਜਾਂ ਫਿਰ ਡਾਇਲਿਸਿਸ ਜਾਂ ਫਿਰ ਕਿਡਨੀ ਟ੍ਰਾਂਸਪਲਾਂਟ ਦੀ ਆਪਸ਼ਨ ਦਿੱਤੀ ਜਾਂਦੀ ਹੈ। ਡਾਇਲਿਸਿਸ ਸਾਰੇ ਜੀਵਨ ਚੱਲਦਾ ਹੈ, ਰੈਗੂਲਰ ਚੱਲਦਾ ਹੈ। ਕਿਡਨੀ ਟ੍ਰਾਂਸਪਲਾਂਟ ਇੱਕ ਇਹੋ ਜਿਹਾ ਆਪਰੇਸ਼ਨ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀ ਕਿਡਨੀ ਫੇਲੀਅਰ ਦੇ ਰਿਲੇਟਡ ਹੁੰਦੀਆਂ ਹਨ ਉਹ ਬਹੁਤ ਛੇਤੀ ਅਤੇ ਬਹੁਤ ਹੀ ਲੰਬੇ ਟਾਈਮ ਨਾਲ ਸੋਲਵ ਹੋ ਸਕਦੀਆਂ। ਕਿਡਨੀ ਟ੍ਰਾਂਸਪਲਾਂਟ ਹੈ ਕੀ? ਇੱਕ ਨੋਰਮਲ ਇਨਸਾਨ ਤੋਂ ਇੱਕ ਹੈਲਦੀ ਗੁਰਦਾ ਲੈ ਕੇ ਮਰੀਜ਼ ਦੇ ਅੰਦਰ ਪਾਉਣਾ, ਜਿਹਦੀਆਂ ਦੋਨੋਂ ਗੁਰਦੇ ਫੇਲ ਹੋ ਚੁੱਕੇ ਹਨ, ਉਹਦਾ ਨਾਮ ਹੈ ਕਿਡਨੀ ਟ੍ਰਾਂਸਪਲਾਂਟ ਓਪਰੇਸ਼ਨ। ਹੁਣ ਜਿੱਦਾਂ ਤੁਹਾਨੂੰ ਮੈਂ ਦੱਸਿਆ, ਇਸ ਵਿੱਚ ਦੋ ਓਪਰੇਸ਼ਨ ਹੁੰਦੇ ਨੇ। ਇੱਕ ਹੈਲਦੀ ਰਿਸ਼ਤੇਦਾਰ ਵਿੱਚੋਂ ਹੈਲਦੀ ਗੁਰਦਾ ਕੱਢਣਾ ਅਤੇ ਦੂਸਰਾ ਓਪਰੇਸ਼ਨ ਮਰੀਜ਼ ਵਿੱਚ ਉਹ ਗੁਰਦਾ ਸੈੱਟ ਕਰਨਾ। ਉਸ ਤੋਂ ਬਾਅਦ ਉਹ ਮਰੀਜ਼ ਜਿਹੜੇ ਦੋਨੋਂ ਗੁਰਦੇ ਫੇਲ ਹਨ, ਜਿਹਦਾ ਪਿਸ਼ਾਬ ਬਣਦਾ ਨਹੀਂ ਪਿਆ, ਜਿਹਦੇ ਸਰੀਰ ਦੀ ਸਫਾਈ ਹੋ ਨਹੀਂ ਪਾ ਰਹੀ ਬਿਕੋਜ਼ ਉਹਦੇ ਗੁਰਦੇ ਖਰਾਬ ਹਨ, ਉਹਦੇ ਵਿੱਚ ਨਵਾਂ ਗੁਰਦਾ ਪਾਉਣ ਤੋਂ ਬਾਅਦ ਉਹਨੂੰ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਜਿੰਨੀਆਂ ਵੀ ਪ੍ਰੋਬਲਮਸ ਪਿਸ਼ਾਬ ਦੀਆਂ ਰਿਲੇਟਡ ਨੇ ਉਹ ਵੀ ਠੀਕ ਹੋ ਜਾਂਦੀਆਂ। ਜਿਹੜੇ ਨਾ ਸਫਾਈ ਹੋਣ ਦੇ ਕਰਕੇ ਉਹਨੂੰ ਜਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ, ਜਿਹਦੇ ਕਾਰਨ ਉਹਨੂੰ ਮੇ ਬੀ ਪਹਿਲਾਂ ਡਾਇਲਿਸਿਸ ਵੀ ਸ਼ੁਰੂ ਕੀਤਾ ਜਾਏ, ਉਹ ਵੀ ਠੀਕ ਹੋ ਜਾਂਦੀਆਂ। ਇਹ ਹੈ ਕਿਡਨੀ ਟ੍ਰਾਂਸਪਲਾਂਟ ਦੇ ਬਾਰੇ ਬੇਸਿਕ ਨੌਲੇਜ।